ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ। ਆਰਪੀ ਸਿੰਘ ਜੀ ਜੋ ਆ ਜਿਹੜੇ ਇਲਾਕਾ ਹੈ ਰੋਪੜ ਦਾ, ਗੜ੍ਹ ਸ਼ੰਕਰ ਦਾ, ਬੱਲਾ ਚੌਰ ਨਵਾਂ ਸ਼ਹਿਰ ਚ ਬਹੁਤ ਪਾਪੂਲਰ ਇੱਕ ਲੀਡਰ ਜਿਨ੍ਹਾਂ ਨੇ ਕਾਂਗਰਸ ਪਾਰਟੀ ਚ ਕਾਫੀ ਸਾਲਾਂ ਤੋਂ ਸੇਵਾ ਕੀਤੀ। ਪਹਿਲੇ ਮੇਰੇ ਪਿਤਾ ਬਾਦਲ ਸਾਹਿਬ ਨਾਲ ਇਹਨਾਂ ਦਾ ਦਿਲੋਂ ਬੜਾ ਪਿਆਰ ਰਿਹਾ ਤੇ ਉਹਦੇ ਬਾਅਦ ਕਾਂਗਰਸ ਦੇ ਵਿੱਚ ਰਹੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਉਹ ਵਾਪਸ ਆਪਣੇ ਘਰ ਜਿੱਥੋਂ ਸ਼ੁਰੂ ਕੀਤਾ ਸੀ ਉਹ ਵਾਪਸ ਆਏ ਹੈ ਤੇ ਇਹਨਾਂ ਨੂੰ ਪੂਰਾ ਜੀਆ ਕਹਿਣਾ, ਇਹਨਾਂ ਸਾਥੀਆਂ ਨੂੰ ਜੀਆ ਕਹਿਣਾ ਤੇ ਸਾਰੀ ਨੂੰ ਵਿਸ਼ਵਾਸ ਉਹਨਾਂ ਟੀਮ ਨੂੰ ਕਿ ਪਰਿਵਾਰ ਵਾਂਗੂ ਅਸੀਂ ਰੱਖਾਂਗੇ ਤੇ ਪਰਿਵਾਰ ਦਾ ਹਿੱਸਾ ਬਣ ਕੇ ਹੁਣ ਅਕਾਲੀ ਦਲ ਤਗੜਾ ਕਰੇ। ਬਹੁਤ ਵੱਡਾ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਕਿਵੇਂ ਪੰਜਾਬ ਦੇ ਵਿੱਚ ਜਿੱਥੇ ਵੀ ਯਾਤਰਾ ਜਾ ਰਹੀ ਹੈ ਉੱਥੇ ਇੱਕ ਤੂਫਾਨ ਖੜਾ ਹੋ ਰਿਹਾ। ਲੋਕੀ ਇਕੱਠੇ ਹੋ ਰਹੇ, ਦੁਕਾਨਾਂ ਤੋਂ ਨਿਕਲ ਕੇ, ਘਰਾਂ ਤੋਂ ਨਿਕਲ ਕੇ ਸਵਾਗਤ ਕਰ ਰਿਹਾ। ਕਿਉਂ? ਉਹਨਾਂ ਨੇ ਦੇਖਿਆ ਕਿ ਪਿਛਲੇ 3 ਸਾਲਾਂ ਦੇ ਅੰਦਰ ਝਾੜੂਆਂ ਨੇ ਪੰਜਾਬ ਬਰਬਾਦ ਕਰ ਦਿੱਤਾ। ਇੱਕ ਐਜਾ ਸ਼ਰਾਬੀ ਨਸ਼ੇੜੀ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਜਿਹਨੇ ਪੰਜਾਬ ਦੇ ਵਾਸਤੇ ਕਰਨਾ ਕੀ ਸੀ, ਉਹ ਆਪਣੇ ਕਰੋੜਾਂ ਰੁਪਏ ਖਰਚ ਕੇ ਕੇਜਰੀਵਾਲ ਨੂੰ ਤਗੜਾ ਕਰਨ ਵਾਸਤੇ ਪੂਰੇ ਦੇਸ਼ ਵਿੱਚ ਪੰਜਾਬ ਦਾ ਖਜ਼ਾਨਾ ਖੋਈ ਜਾਂਦਾ। ਹੁਣ ਵੀ ਮੈਂ ਕਹਿਣਾ ਚਾਹੁੰਦਾ ਅਤੇ ਇਹਦੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ, ਭਗਵੰਤ ਮਾਨ ਨੇ ਜਿੰਨੇ ਆਪਣੇ ਰੀਅਲ ਸਟੇਟ ਤੇ ਬਿਲਡਰ ਹੈ ਉਹਨਾਂ ਤੋਂ 5-5 ਕਰੋੜ ਰੁਪਇਆ ਮੰਗਿਆ ਇਸ ਇਲੈਕਸ਼ਨ ਵਾਸਤੇ। ਤੁਸੀਂ ਦੇਖ ਲਓ ਤਕਰੀਬਨ ਇਹਨਾਂ ਨੇ 100-150 ਬੰਦੇ ਦੀ ਲਿਸਟ ਬਣਾ ਕੇ ਇਹਨਾਂ ਨੇ ਕਰਾਈ ਹੈ। ਆਹ ਮੈਨੂੰ ਲੱਗਦਾ 200-300 ਕਰੋੜ ਰੁਪਇਆ ਇਕੱਠਾ ਐਕਸਟੋਰਸ਼ਨ ਕਰ ਰਹੇ ਪੰਜਾਬ ਦੇ ਰੀਅਲ ਸਟੇਟ ਤੇ ਬਿਲਡਰ ਲੋਬੀ ਤੋਂ ਐਕਸਟੋਰਸ਼ਨ ਤੇ ਲੱਗੇ ਹੈ। ਉਹਨਾਂ ਨੂੰ ਕਿਹਾ ਜੇ ਤੁਸੀਂ ਪੈਸਾ ਨਹੀਂ ਦੋਗੇ 5 ਕਰੋੜ ਰੁਪਇਆ ਮੈਨੂੰ, ਨਹੀਂ ਤਾਂ ਫਿਰ ਮੈਂ ਤੁਹਾਡੇ ਸਾਰੇ ਲਾਇਸੈਂਸ ਕੈਂਸਲ ਕਰੂੰਗਾ, ਵਿਜੀਲੈਂਸ ਇਨਕੁਆਇਰੀ ਕਰੂੰਗਾ। ਅੱਜ ਦੀ ਪਾਰਟੀ ਹੈ ਐਕਸਟੋਰਸ਼ਨਿਸਟ ਹੈ, ਆਹ ਤਾਂ ਇੱਥੇ ਲੁੱਟਣ ਵਾਸਤੇ ਆਈ ਹੈ ਤੇ ਪਿਛਲੇ 3 ਸਾਲਾਂ ਚ ਸਣੇ ਉਹਦੀ ਧਰਮ ਪਤਨੀ ਤੋਂ ਲੈ ਕੇ ਸਾਰਾ ਪਰਿਵਾਰ ਇੱਕੋ ਹੀ ਮਿਸ਼ਨ ਤੇ ਆ ਕਿ ਪੈਸੇ ਇਕੱਠੇ ਕਰ ਲਓ, ਪੈਸੇ ਇਕੱਠੇ ਕਰ ਲਓ। ਸੋ ਜਿਹੜਾ ਮੁੱਖ ਮੰਤਰੀ ਆਪ ਹੀ ਇਹ ਆਪਣੇ ਘਰ ਨੂੰ ਲੁੱਟਣ ਲੱਗ ਜੇ ਉਹ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਹੈ। ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ, ਮੈਂ ਇੱਕ ਵਾਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਆਪਾਂ ਪੰਜਾਬ ਬੁਲਾਈਏ ਤਾਂ ਹੀ ਪੰਜਾਬ ਅੱਗੇ ਵਧੂਗਾ। ਹਾਂਜੀ, ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਵਾਲੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਸ਼ਾਮਿਲ ਹੁੰਦੇ ਦੇਖਿਆ ਜਾ ਰਿਹਾ, ਤੁਸੀਂ ਕਿਵੇਂ ਦੇਖਦੇ ਹੋ? ਕਈ ਪਾਰਟੀ ਸੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਦੇਖੋ ਆ ਜਿਹੜਾ ਮੌਸਮ ਹੈ ਨਾ, ਇੱਥੇ ਜਿਹੜੇ ਫਿਕਲ ਮਾਈਂਡਡ, ਜਿਹੜੇ ਜੜ੍ਹਾਂ ਮਜ਼ਬੂਤ ਨੇ ਜਿਨ੍ਹਾਂ ਦੀਆਂ, ਉਹ ਉੱਡਦੇ ਫਿਰਦੇ ਰਹਿੰਦੇ ਹੁੰਦੇ ਆ। ਜਿਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਹੈ, ਜਿਨ੍ਹਾਂ ਦਾ ਕੈਰੇਕਟਰ ਹੈ, ਜਿਨ੍ਹਾਂ ਦੀ ਆਪਣੀ ਪਾਰਟੀ ਪ੍ਰਤੀ ਲੋਇਲਟੀ ਹੈ, ਲੋਕਾਂ ਪ੍ਰਤੀ ਲੋਇਲਟੀ ਹੈ, ਉਹ ਕਿਤੇ ਨਹੀਂ ਬਦਲਦੇ ਹੁੰਦੇ। ਆਹ ਤਾਂ ਜਿਹੜੇ ਫਿਕਰ ਮਾਈਂਡਡ ਬੰਦੇ ਹੀ ਉੱਡਦੇ ਫਿਰਦੇ ਰਹਿੰਦੇ। ਸਰ, ਫਿਰ SGPC ਇੱਕ ਬਹੁਤ ਵੱਡੀ ਸੰਸਥਾ ਹੈਗੀ ਵਰਲਡ ਵਾਈਡ ਦੀ, ਉਹਦੇ ਉੱਪਰ ਇੱਕ ਐਲੀਗੇਸ਼ਨ ਤੁਹਾਡੇ ਪੁਰਾਣੇ ਸਾਥੀ ਸੀਗੇ। ਯਾਰ, ਮੈਂ ਉਹਦੇ ਬਾਰੇ ਵਿੱਚ ਜਾਣਾ ਨਹੀਂ ਚਾਹੁੰਦਾ। ਜਿਹੜਾ ਸਿੱਖ ਆਪਣੀ ਕੌਮ ਦੀ ਜਥੇਬੰਦੀ ਉੱਤੇ ਐਲੀਗੇਸ਼ਨ ਲਾਊਗਾ ਉਹਦੇ ਸਿੱਖੀ ਦੇ ਕੈਰੇਕਟਰ ਤੇ ਉਹਦਾ ਪਤਾ ਲੱਗ ਜਾਂਦਾ ਕਿਹੋ ਜਿਹਾ ਬੰਦਾ। ਨਹੀਂ, ਮਿਸ਼ਨ ਉਹਦਾ ਪੂਰਾ ਹੋ ਜਾਊਗਾ, ਉਹਨਾਂ ਨੂੰ ਜ਼ੀਰੋ ਆ ਜਾਣੀ। ਦੇਖੋ ਦੋ ਗੱਲਾਂ ਨੇ, ਸਭ ਤੋਂ ਪਹਿਲਾਂ ਜਿਹੜਾ ਸਾਡਾ ਜੋ ਕਹਿ ਲਈ ਨਾਰਾਜ਼ਗੀ ਹੈ ਕਾਂਗਰਸ ਨਾਲ ਮੇਰੀ ਕਿਉਂ ਹੋਈ, ਅਸੀਂ ਵਾਰ ਵਾਰ ਇਹਨੂੰ ਬੇਨਤੀ ਕਰਦੇ ਰਹੇ ਕਿ ਸਾਡਾ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਲੋਕ ਸਭਾ ਦੇ ਵਿੱਚ। ਹਰ ਵਾਰ ਸਾਨੂੰ ਬਾਹਰੋਂ ਕੈਂਡੀਡੇਟ ਦਿੰਦੇ ਨੇ,
ਮੋਹਾਲੀ ਤੋਂ ਲੈ ਕੇ ਫਗਵਾੜੇ ਤੱਕ ਸਾਡਾ ਹਲਕਾ ਹੈਗਾ। ਕਿਆ ਇਹਨਾਂ ਨੂੰ ਇੱਥੇ ਕੋਈ ਲਾਇਕ ਬੰਦਾ ਜਾਂ ਵਫ਼ਾਦਾਰ ਬੰਦਾ ਨਹੀਂ ਮਿਲਿਆ? ਹਮੇਸ਼ਾ ਹੀ ਬਾਹਰੋਂ ਇਹਨਾਂ ਨੂੰ ਸ਼ਹਿਰਾਂ ਦੇ ਨਾਂ ਨਹੀਂ ਪਤਾ, ਪਿੰਡਾਂ ਦੇ ਨਾਂ ਨਹੀਂ ਪਤਾ। ਪਹਿਲਾਂ ਮਨੀਸ਼ ਤਿਵਾੜੀ ਆਇਆ, ਉਹਨੂੰ ਅਸੀਂ ਚਲੋ ਮੰਨ ਲਈ ਉਹਨਾਂ ਦੀ ਗੱਲ, ਕਹਿੰਦੀ ਡਾਕਟਰ ਮਨਮੋਹਨ ਸਿੰਘ ਨੇ ਸਿਫਾਰਿਸ਼ ਕੀਤੀ ਹੈ। ਉਦੋਂ ਮੈਂ ਵੀ ਐਪਲੀਕੈਂਟ ਸੀਗਾ। ਕੈਪਟਨ ਸਾਹਿਬ ਕਹਿੰਦੇ ਡਾਕਟਰ ਮਨਮੋਹਨ ਸਿੰਘ ਦੀ ਸਿਫਾਰਿਸ਼ ਹੈ। ਮੈਂ ਕਿਹਾ ਜੀ ਮੰਨ ਲੈਂਦੇ, ਉਹ ਤਾਂ ਬਹੁਤ ਹੀ ਜਾਣੀ ਕਿ ਸਾਡੀ ਕੌਮ ਦੀ ਵੀ ਅਤੇ ਦੇਸ਼ ਦੀ ਵੀ ਵੱਡੀ ਹਸਤੀ ਵੀ ਉਹਨਾਂ ਨੇ ਰਿਕਮੈਂਡ ਕੀਤਾ, ਠੀਕ ਹੈ। ਇਸ ਵਾਰ ਫਿਰ ਸਿੰਗਲਾ ਸੰਗਰੂਰ ਤੋਂ ਲਿਆ ਕੇ ਸਾਡੇ ਦੇ ਥੋਪ ਦਿੱਤਾ। ਉਹਨਾਂ ਨੂੰ ਕਿਸੇ ਬੰਦੇ ਦਾ ਨਹੀਂ ਪਤਾ, ਕਿਸੇ ਪਿੰਡ ਦਾ ਨਹੀਂ ਪਤਾ। ਮਤਲਬ ਇਹ ਬੇਇਨਸਾਫੀ ਹੈ ਸਾਡੇ ਇਲਾਕੇ ਨਾਲ। ਅਸੀਂ ਇਹ ਵੀ ਉਹਨਾਂ ਨੂੰ ਕਿਹਾ ਸੀਗਾ ਵੀ ਖਾਸ ਕਰਕੇ ਸਾਡੇ ਇੱਥੇ ਓਬੀਸੀ ਵਰਗ ਬਹੁਤ ਹੈਗਾ, ਗੁੱਜਰ ਬਰਾਦਰੀ ਹੈ, ਸੈਣੀ ਬਰਾਦਰੀ ਹੈ, ਲੁਹਾਰ, ਦਰਖਾਣ, ਹੋਰ ਚੋਰ, ਬਾਕੀ ਜਿਹੜੀਆਂ ਕਮੀਆਂ ਕਲਾਸਾਂ ਨੇ ਉਹਨਾਂ ਦੀ ਆਬਾਦੀ ਸਭ ਤੋਂ ਵੱਧ ਹੈ ਇੱਥੇ। ਅਸੀਂ ਇਹ ਵੀ ਇੱਕ ਵਾਰੀ ਪਿਛਲੀ ਵਾਰ ਇਹਨਾਂ ਨੂੰ ਕਿਹਾ ਸੀਗਾ, ਉਦੋਂ ਜਾਖੜ ਸੀ ਇਹਦਾ ਪ੍ਰਧਾਨ ਪੀਪੀਸੀ ਦਾ, ਅਤੇ ਉੱਥੇ ਵੀ ਅਸੀਂ ਕਿਹਾ, ਸੰਨੀ ਹੁਣੀ ਮੇਰੇ ਨਾਲ ਸੀ ਸੈਣੀ ਬਰਾਦਰੀ ਦੇ ਸਾਰੇ, ਉਦੋਂ ਵੀ ਸਾਨੂੰ ਇਗਨੋਰ ਕਰਤਾ। ਅਸੀਂ ਥੱਕ ਗਏ ਇਹਨਾਂ ਤੋਂ, ਅਸੀਂ ਕਿਹਾ ਵੀ ਠੀਕ ਹੈ ਜੇ ਤੁਸੀਂ ਸਾਨੂੰ ਇਗਨੋਰ ਕਰਦੇ ਅਸੀਂ ਤੁਹਾਨੂੰ ਇਗਨੋਰ ਕਰਦੇ ਹਾਂ। ਦੂਸਰੀ ਗੱਲ, ਬਾਦਲ ਸਾਹਿਬ ਨਾਲ ਮੈਂ ਪਹਿਲਾਂ ਮਿਲਿਆ ਵੱਡੇ ਬਾਦਲ ਸਾਹਿਬ ਨਾਲ, ਮੇਰੇ ਕੋਲ ਅੱਜ ਵੀ ਉਹਨਾਂ ਦਾ ਇੱਕ ਨਿਸ਼ਾਨੀ ਮੈਨੂੰ ਯਾਦ ਆ ਗਈ। 97 ਦੇ ਵਿੱਚ ਅਸੀਂ ਗੁੱਜਰ ਬਾਬਾ ਜਿਨ੍ਹਾਂ ਦੀ ਗੁੱਜਰ ਮਿਲਣੀ ਕਰਾਈ ਸੀ, ਆਹ ਮੇਰੀ ਫੁੱਟ ਦੇ ਨਾਲ ਹੈ ਕਿ ਵੀ ਮੇਰੇ ਬ੍ਰਦਰ ਹੈ, ਸਾਨੂੰ ਬੜਾ ਮਤਲਬ ਦੇਖ ਕੇ ਇਮੋਸ਼ਨਲ ਹੋ ਜਾਈਦਾ। ਤਾਂ ਗੁੱਜਰ ਬਰਾਦਰੀ ਨਾਲ ਮਿਲਣੀ ਹੋਈ, ਉਸ ਤੋਂ ਬਾਅਦ 4 ਵਾਰੀ MLA ਅਸੀਂ ਇੱਥੋਂ ਦਿੱਤਾ, ਚੌਧਰੀ ਨੰਦ ਲਾਲ ਲਗਾਤਾਰ। ਇਹ ਬਰਾਦਰੀ ਇੱਦਾਂ ਦੀ ਸਾਡੇ ਸਮਾਜ ਦੀ, ਖਾਸ ਕਰਕੇ ਮੈਂ ਗੁੱਜਰ ਬਰਾਦਰੀ ਗੱਲ ਕਰਦਾ, ਜਿਹਦੇ ਨਾਲ ਜੁੜਦੀ ਹੈ ਉਹਨੂੰ ਫਿਰ ਗਿਆਨੀ ਜੈਲ ਸਿੰਘ ਤੋਂ ਪ੍ਰੈਜੀਡੈਂਟ ਬਣਿਆ ਸਾਡੇ ਹਲਕੇ ਤੋਂ ਜਿੱਤ ਕੇ, ਆਹ ਹੁਣ ਚੰਦਰਮਾਦਰਾ ਸਾਹਿਬ ਸਾਡੇ ਕੋਲ ਆ ਗਏ ਨੇ। ਇਹਨਾਂ ਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦਰਮਾਦਰਾ ਕਹਿੰਦੇ, ਮੈਂ ਚੌਧਰੀ ਪ੍ਰੇਮ ਸਿੰਘ ਚੰਦਰਮਾਦਰਾ ਬਣ ਗਿਆ। ਗੁੱਜਰਾਂ ਦੇ ਘਰ ਘਰ ਜਾ ਕੇ ਹਰੇਕ ਦੇ ਵਿਆਹ ਸ਼ਾਦੀ ਹਰੇਕ ਦੇ ਅਫਸੋਸ ਪਹੁੰਚਦੇ ਨੇ, ਜਿੱਤਣਗੇ ਅਸੀਂ ਗਰੰਟੀ ਨਾਲ ਕਹਿੰਦੇ ਹਾਂ। ਇਸੇ ਕਰਕੇ ਮੈਂ ਇੱਧਰ ਆ ਕੇ ਇਹਨਾਂ ਨੂੰ ਸਾਥ ਦੇਣ ਲਈ ਤਿਆਰ ਹੋਇਆ। ਦੂਜੀ ਗੱਲ, ਪੰਜਾਬ ਜਿਹਨੂੰ ਕਿ ਨੈਸ਼ਨਲ ਪਾਰਟੀਆਂ ਪਹਿਲਾਂ ਇਗਨੋਰ ਕਰਦੀਆਂ ਰਹੀਆਂ ਨੇ, ਮੈਂ ਕਾਂਗਰਸ ਹੁੰਦਿਆਂ ਦੇਖਿਆ ਸਰਦਾਰ ਹਰਚਰਨ ਸਿੰਘ ਬਰਾੜ ਵੜ ਗਈ ਸੀ ਭਵਨ 'ਚ, ਕਮਰਿਆਂ ਦੇ ਕਮਰਿਆਂ ਘੁੰਮਦੇ ਟਿਕਟਾਂ ਵਾਸਤੇ, ਮੈਂ ਆਪ ਦੇਖੀ ਹੈ। ਉਹਦਾ ਕਲਚਰ ਹੈਗਾ ਉਹ ਠੀਕ ਨਹੀਂ ਹੈ। ਇੱਥੇ ਕੀ ਹੈ, ਮਿਲਾਂਗੇ ਸੁਖਬੀਰ ਨੂੰ, ਜਿਹਨੂੰ ਮਿਲਣਾ ਜਾ ਕੇ ਜਦ ਮਰਜ਼ੀ ਮਿਲ ਲਓ, ਔਰ ਇਹ ਹਰੇਕ ਵਰਕਰ ਨੂੰ ਜਾਣਦੇ ਨੇ, ਤੇ ਸਾਨੂੰ ਤਾਂ ਬਾਈ ਇਹੀ ਪਾਰਟੀ ਸੂਟ ਕਰਦੀ ਹੈ। ਦੇਰੀ ਮੈਂ ਐਕਚੁਅਲੀ ਥੋੜਾ ਇਨੈਕਟਿਵ ਹੋ ਗਿਆ ਸੀ ਵਿਚਾਲੇ, ਜਦੋਂ ਕੈਪਟਨ ਸਾਹਿਬ ਨੇ ਉਹਨਾਂ ਨੇ ਇਲਾਹ ਤਾਂ ਫਿਰ ਸਿੱਧੀ ਜੀ ਗੱਲ ਹੈ, ਅਸੀਂ ਇਨੈਕਟਿਵ ਹੋ ਗਏ ਸੀ, ਪਰ ਮੈਂ ਗਿਆ ਨਹੀਂ ਉਹਨਾਂ ਨਾਲ, ਮੈਨੂੰ ਜਚਿਆ ਨਹੀਂ। ਸਰ ਕਿੱਦਾਂ ਦੇਖ ਰਹੇ ਹੋ ਜੀ, ਕੈਂਪੇਨਿੰਗ ਚੱਲਦੀ ਪਈ ਹੈ, ਤੁਹਾਡੀ ਕਿੱਦਾਂ ਦੇਖ ਰਹੇ ਹੋ ਸਰ? ਦੇਖੋ ਅੱਜ ਬਲਾਚੌਰ ਦੇ ਵਿੱਚ ਜਦੋਂ ਸੁਖਬੀਰ ਜੀ ਆਏ, ਤੁਸੀਂ ਹੈਰਾਨ ਹੋਵੋਗੇ, 40 ਤੋਂ ਲੈ ਕੇ 50 ਤੱਕ ਨੌਜਵਾਨ ਵੱਡੀ ਗਿਣਤੀ ਦੇ ਵਿੱਚ, ਮਤਲਬ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਿਲ ਹੋਏ, ਆਪ ਪਾਰਟੀ ਛੱਡ ਗਈ। ਅੱਜ ਬਾਉਣੀ ਪਹਿਲਾਂ ਤਾਂ ਬਹੁਤ ਚੰਗੀ ਹੋਈ, ਫਿਰ ਤੁਸੀਂ ਦੇਖਿਆ ਹੁਣ ਅੱਜ ਤੱਕ ਦੇ ਰੋਡ ਸ਼ੋਅ, ਅੱਜ ਤੱਕ ਦੀਆਂ ਇੱਥੇ ਜਿੰਨੀਆਂ ਵੀ ਹੋਈਆਂ ਚੋਣਾਂ, ਮਤਲਬ ਪਹਿਲੀ ਵਾਰੀ ਅੱਜ ਸਾਰੀ ਪ੍ਰੈਸ ਮੀਡੀਆ ਕਹਿ ਰਿਹਾ ਵੀ ਐਡਾ ਵੱਡਾ ਕਾਫਲਾ ਸਾਹ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਅੱਜ ਸਵੇਰ ਤੋਂ ਚੱਲਿਆ, ਕਾਠਗੜ੍ਹ ਤੋਂ ਲੈ ਕੇ ਮਤਲਬ ਰਤਿਆਲ ਟੱਪਿਆ ਸੀ, ਅਜੇ ਵੀ ਪਿੱਛੇ ਆ ਰਹੇ ਸੀ, ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਕਾਰਾਂ ਆ ਕੇ ਐਡਾ ਵੱਡਾ ਕਾਫਲਾ ਆਉਣਾ, ਐਂ ਲੱਗਦਾ ਵੀ ਸਾਰਾ ਪੰਜਾਬ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਤੇ ਆ ਗਿਆ। ਜੇ ਥੋੜੀ ਬਹੁਤੀ ਕਸਰ ਅੱਜ ਆਰਪੀ ਸਿੰਘ ਨੇ ਕੱਢਤੀ, ਚੌਧਰੀ ਆਰਪੀ ਸਿੰਘ ਨੇ, ਆਰਪੀ ਸਿੰਘ ਤੁਹਾਨੂੰ ਪਤਾ ਇਸ ਇਲਾਕੇ ਦਾ, ਬਲਾਚੌਰ ਦਾ ਹੀ ਨਹੀਂ ਬਲਕਿ ਨਵਾਂ ਸ਼ਹਿਰ ਜਿਵੇਂ ਦੱਸਿਆ ਸੁਖਬੀਰ ਜੀ ਨੇ, ਖਰੜ, ਰੋਪੜ, ਹਰ ਥਾਂ ਤੇ ਬੜਾ ਪਾਪੂਲਰ ਲੀਡਰ ਆ। ਤੇ ਅੱਜ ਮੈਨੂੰ ਇਹ ਲੱਗਦੀ ਆ ਗੱਲ ਵੀ ਅੱਜ ਗੁੱਜਰ ਭਾਈਚਾਰਾ ਸਾਰੇ ਦਾ ਸਾਰਾ, ਮਤਲਬ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਪਹਿਲਾਂ ਵੀ ਚੌਧਰੀ ਨੰਦ ਲਾਲ ਜੀ ਦੇ ਸਮੇਂ ਤੋਂ ਲੱਗ ਗਿਆ ਸੀ, ਪਰ ਅੱਜ ਜੇ ਮਾੜੀ ਮੋਟੀ ਕਾਸਰ ਸੀ ਇਹਨਾਂ ਨੇ ਕੱਢਤੀ, ਨਾਲੇ ਹੁਣ ਤਾਂ ਮੈਨੂੰ ਚੌਧਰੀ ਦਾ ਚੌਧਰੀ ਪ੍ਰੇਮ ਸਿੰਘ ਬਣਾ ਦਾ, ਮੈਂ ਚੌਧਰੀਆਂ ਦਾ, ਮਤਲਬ ਕਿਉਂਕਿ ਇਹਨਾਂ ਦੇ ਹਰ ਦੁੱਖ ਸੁੱਖ ਚਾਹੀਦਾ। ਸਰ ਬੀਜੇਪੀ ਨੇ ਉਹ ਤਾਂ ਟਿਕਟ ਨਹੀਂ ਡਿਕਲੇਅਰ ਕੀਤੀ, ਕਹਿੰਦੇ ਜੀ ਚੰਦੂਮਾਜਾ ਸਾਹਿਬ ਨਾਲ ਬੜੀ ਨੇੜਤਾ ਹੈਗੀ ਆ, ਤਾਂ ਕਰਕੇ ਥੋੜਾ ਇਹ ਲੋਕਾਂ ਦੀ ਚਰਚਾ ਹੈਗੀ। ਇਹ ਤਾਂ ਪਾਰਟੀਆਂ ਨੇ ਕਰਨੀ ਹੁੰਦੀ, ਹਰ ਪਾਰਟੀ ਨੇ ਕਰਨੀ ਹੈ, ਇਹ ਤਾਂ ਠੀਕ ਹੈ ਜੀ।